ਨਮਸਕਾਰ ਖਬਰਾਂ ਦੇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾਂ ਪੇਸ਼ ਨੇ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਸਾਨੂੰ ਆਤਮ ਵਿਸ਼ਵਾਸ ਨਾਲ ਅੱਗੇ ਵਧਣਾ ਹੋਵੇਗਾ ਆਕਾਸ਼ਵਾਣੀ ਦੇ ਬਹੁ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਨੂੰ ਸਮਰੱਥ ਬਣਾਉਣ ਲਈ ਲਗਾਤਾਰ ਯਤਨਸ਼ੀਲਾਂ ਤੇ ਹਰੇਕ ਖੇਤਰ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਇਆ ਜਾਪੇਗਾ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਨਾਮ ਮਲਵਰਤਨ ਅੰਦੋਲਨ ਦੇ ਰੂਪ ਚ ਬੀਜਿਆ ਗਿਆ ਬੀਜ ਹੁਣ ਆਤਮ ਨਿਰਭਰ ਭਾਰਤ ਦੇ ਰੁੱਖ ਚ ਤਬਦੀਲ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਅਭਿਆਨ ਚ ਵਰਚੁਅਲ ਗੇਮ ਹੋਣਾ ਜਾਂ ਖੇਡੋਣਿਆਂ ਦਾ ਖੇਤਰ ਹੋਵੇ ਸਾਰਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ ਉਨ੍ਹਾਂ ਕਿਹਾ ਕਿ ਇਸੇ ਸੰਕਲਪ ਨੂੰ ਲੈ ਕੇ ਇਸ ਮਹੀਨੇ ਦੇ ਸ਼ੁਰੂ ਚ ਐਪ ਇਨੋਵੇਸ਼ਨ ਚੈਲੰਜ ਕਰਵਾਇਆ ਗਿਆ ਸੀ ਜਿਸ ਚ 7000 ਦੇ ਕਰੀਬ ਐਂਟਰੀਆਂ ਆਈਆਂ ਸਨ ਉਨ੍ਹਾਂ ਕਿਹਾ ਕਿ ਇਸ ਚੈਲੰਜ ਦੇ ਨਤੀਜਿਆਂ ਨੇ ਆਤਮ ਨਿਰਭਰ ਭਾਰਤ ਲਈ ਸ਼ੁਭ ਸੰਕੇਤ ਦਿੱਤੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਸਟਾਰਟਅਪ ਵਿਖਦੀਆਂ ਵੱਡੀਆਂ ਕੰਪਨੀਆਂ ਬਣਨਗੇ ਜਿਹੜੇ ਦੁਨੀਆ 'ਚ ਪਰ ਦੀ ਪਛਾਣ ਨੂੰ ਦਰਸਾਉਣਗੇ ਨੌਜਵਾਨਾਂ ਨੂੰ ਚਾਹਤ ਕਰਦੇ ਹਾਂ ਉਹਨਾਂ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੇ ਕਦੇ ਛੋਟੇ ਸਟਾਰਟਅਪ ਦੇ ਤੌਰ ਤੇ ਹੀ ਸ਼ੁਰੂਆਤ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੱਚਿਆਂ ਤੇ ਵਿਦਿਆਰਥੀਆਂ ਦੇ ਬੌਧਿਕ ਅਤੇ ਸਰੀਰਕ ਵਿਕਾਸ ਲਈ ਪੋਸ਼ਣ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਨੂੰ ਪੋਸ਼ਣ ਮਹਾਪੁਰਜੋ ਮਨਾਇਆ ਜਾਵੇਗਾ। ਪੁਰਾਤਨ ਕਾ ਹਫਤਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਪੋਸ਼ਟਿਕ ਪੋਜਣ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੋਸ਼ਣ ਦੇ ਇਸ ਅੰਦੋਲਨ ਨੂੰ ਲੋਕਾਂ ਦੀ ਪਾਗੀਦਾਰੀ ਨਾਲ ਸਫਲ ਬਣਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੋਸ਼ਣ ਮਹੀਨੇ ਦੌਰਾਨ ਇਸ ਸੰਬੰਧੀ ਮਾਈ ਗੋਵ ਪੋਰਟਲ ਤੇ ਇੱਕ ਸਵਲ ਜਵਾਬ ਪ੍ਰਤੀਯੋਗਤਾ ਅਤੇ ਇੱਕ ਮੀਮ ਮੁਕਾਬਲਾ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਸੁਰੱਖਿਆ ਬਲਨ ਹਲ ਦੇਸ਼ ਸੇਵਾ ਚ ਲੱਗੇ ਫੌਜ ਦੇ ਕੁੱਤਿਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਕ ਵਕ ਮਿਸ਼ਨਾਜ ਇਨ੍ਹਾਂ ਕੁੱਤਿਆਂ ਦਾ ਯੋਗਦਾਨ ਕਿੰਨਾ ਮਹੱਤਵਪੂਰਨ ਰਿਹਾ ਅਤੇ ਸਮਾਉਣ ਤੇ ਇਨ੍ਹਾਂ ਨੇ ਆਪਣੇ ਦੇਸ਼ ਲਈ ਕੁਰਬਾਨੀ ਵੀ ਕੀਤੀ ਹੈ। ਮੌਜੂਦਾ ਸੀਜ਼ਨ ਦੇ ਤਿਉਹਾਰਾਂ ਦਾ ਜ਼ਿਕਰ ਕਰਦੇ ਹਾਂ ਪ੍ਰਧਾਨ ਮੰਤਰੀ ਨੇ ਪਿੰਡੂ ਅਰਥਚਾਰੇ ਚ ਓਨਮ ਦੇ ਤਿਉਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਦੇਸ਼ ਦੇ ਅੰਨਦਾਤਾ ਕਿਸਾਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਇਹ ਕੀ ਕਿਸਾਨਾਂ ਦੀ ਸ਼ਕਤੀ ਨਲੀ ਸਾਡਾ ਜੀਵਨ ਅਤੇ ਸਮਾਜ ਚਲਦਾ ਹੈ મોદી ਨੇ ਕਿਸਾਨਾਂ ਦੇ ਸਬੰਧ ਵਿੱਚ ਰਿਗਵੇਦ ਵਿਚਲੇ ਮੰਤਰ ਦਾ ਵੀ ਉਚਾਰਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਵੱਖ-ਵੱਖ ਫਸਲਾਂ ਦੀ ਬਿਜਾਈ ਵਿੱਚ 3 ਤੋਂ 13% ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ कोरोना महामारी ਦੇ ਸੰਕਟ ਦਰਮਿਆਨ ਸਿੱਖਿਆ ਸਬੰਧੀ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅਧਿਆਪਕਾਂ ਦੀ ਭੂਮਿਕਾ ਨੂੰ ਬੇਹੱਦ ਮਹੱਤਵਪੂਰਨ ਦੱਸਿਆ 5 ਸਤੰਬਰ ਨੂੰ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਬੰਦੀ ਗੱਲ ਕਰਦੇ ਹੋਣਾ ਕਿ ਸਾਡੇ ਅਧਿਆਪਕਾਂ ਨੇ ਇਸ ਸਮੇਂ 'ਚ ਹਰੇਕ ਚੁਣੌਤੀ ਨੂੰ ਨਾ ਕੇਵਲ ਸਵੀਕਾਰ ਕੀਤਾ ਬਲਕਿ ਉਸ ਨੂੰ ਨਵੇਂ ਮੌਕੇ ਵਿੱਚ ਤਬਦੀਲ ਕੀਤਾ ਹੈ ਨਵੀਂ ਕੌਮੀ ਸਿੱਖਿਆ ਨੀਤੀ ਤੇ ਪ੍ਰੋਸਾ ਜਤੌਂਦੇ ਹਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਜ਼ਰੀਏ ਇੱਕ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਤੇ ਸਾਡੇ ਅਧਿਆਪਕ ਇਸ ਦਾ ਲਾਭ ਵਿਦਿਆਰਥੀਆਂ ਤੱਕ ਪਹੁੰਚਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਸੰਬੋਧਨ ਦੇ ਅਖੀਰ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅੱਜ ਜਿਸ ਵਿਕਾਸ ਦੀ ਯਾਤਰਾ ਤੇ ਚੱਲ ਰਿਹਾ ਹੈ ਇਸ ਦੀ ਸਫਲਤਾ ਤਾਂ ਹੀ ਸੰਭਵ ਹੈ ਜੇਕਰ ਹਰੇਕ ਦੇਸ਼ ਵਾਸੀ ਇਸ ਵਿੱਚ ਸ਼ਾਮਿਲ ਹੋਵੇ ਪ੍ਰਧਾਨ ਮੰਤਰੀ ਨੇ ਕਰੋਨਾ ਮਹਾਮਾਰੀ ਤੋਂ ਸੁਰੱਖਿਅਤ ਰਹਿ ਲਈ 2 ਗੱਜ ਦੀ ਦੂਰੀ ਮਾਸਕ ਜ਼ਰੂਰੀ ਦਾ ਸੰਕਲਪ ਦੁਹਰਾਇਆ ਉਹਨਾਂ ਨਾਗਰਿਕਾਂ ਨੂੰ ਇਕਜੁੱਟ ਰਹਿ ਕੇ ਕਰੋਨਾ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਦਿੱਲੀ ਪੁਲਿਸ ਨੇ ਪਾਬੰਦੀਸ਼ੁਦਾ ਅਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਤ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਵੱਲੋਂ ਇਹਨਾਂ ਦੀ ਪਛਾਣ ਇੰਦਰਜੀਤ ਸਿੰਘ ਗਿੱਲ ਅਤੇ ਜਸਪਾਲ ਸਿੰਘ ਵਜੋਂ ਹੋਈ ਹੈ ਇਹਨਾਂ ਦੋਵਾਂ ਤੇ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਤੇ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਦੀ ਛੱਤ ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦਾ ਇਲਜ਼ਾਮ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਡੀਸੀ ਦਫ਼ਤਰ ਵਿੱਚ ਪਰ ਦੇ ਕੌਮੀ ਝੰਡੇ ਦੀ ਬੇਅਦਬੀ ਵੀ ਕੀਤੀ ਗਈ ਜੰਮੂ ਕਸ਼ਮੀਰ ਦੇ ਰੋਜਾਰੀ ਜ਼ਿਲ੍ਹੇ ਦੇ ਨੋਸ਼ਹਿਰਾ ਸੈਕਟਰ ਵਿੱਚ ਐਲੋਸੀ ਤੇ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਚੁਪਾਰਤੀ ਫੌਜਦਈਕ ਜੇਸੀ ਯੋ ਸ਼ਹੀਦ ਹੋ ਗਿਆ ਹੈ ਫੌਜ ਦੇ ਸੂਤਰਾਂ ਅਨੁਸਾਰ 파ਰਤੀ ਫੌਜ ਦੇ ਜਵਾਨਾਂ ਨੇ ਐਲੋਸੀ ਲਾਗੇ ਕੁਝ ਹਰਕਤ ਦੇਖੀ ਤਾਂ ਤੁਰੰਤ ਹੀ ਪਾਕਿਸਤਾਨ ਵਾਲੇ ਪਾਸਿਓਂ ਫਾਇਰਿੰਗ ਕੀਤੀ ਪਰ ਨੇ ਪਾਕਿਸਤਾਨ ਦੀ ਇਸ ਗੋਲੀਬੰਦੀ ਦੀ ਉਲੰਘਣਾ ਦਾ ਮੂੰਹ ਤੋੜ ਜਵਾਬ ਦਿੱਤਾ ਖਬਰਾਂ ਲਿਖੇ ਜਾਣ ਤੱਕ ਐਲੋਸੀ ਤੇ ਫਾਇਰਿੰਗ ਅਜੇ ਜਾਰੀ ਸੀ ਤੇ ਹੋਰ ਫੇਰ ਵੀ ਦੀ ਉਡੀਕ ਹੈ এই দিন খবৰ বুলেটন খত হ'ব নমস্কাৰ